मैं डॉक्टर दर्शनपाल 32 किसान जथेबंदियों की कमेटी के विचों एक आगू तुहाडे नाल गल सांझी कर रहा हाँ कि कल की मीटिंग दे विच जाण तो पहला असी बहुत डिटेल दे विच परसों भी ते कल भी 32 किसान जथेबंदियों की मीटिंग दे विच विचार चर्चा की, संयुक्त किसान मोर्चे की 7 मैंबरी कमेटी दे विच विचार चर्चा की। तय होया कि जो केंद्र सरकार वालों यह लगातार आ रहा है कि अगलिया मीटिंगां दे विच अमित शाह जी मीटिंग च जाण तो पहला गल करना चाहते हैं कि उहदे जाया जाए ज ना जाया जाए, सारिया ने तय किया सर्वसम्मति नाल कि जाके वह की कहना चाहते हैं बकायदा दस के जाया जाए, अते जाण तो बाद भी बकायदा प्रेस नाल सांझा किया जाए कि गल हुई है कि नहीं हुई है। सो उहदे विच असी तय करके 13 मैंबरी कमेटी जिदे विच 7 मैंबरी संयुक्त किसान मोर्चे दे आगू शामिल सन, अते बाकी 6 साथी पंजाब दीआं किसान जथेबंदियां दे आगू सन, उहनां नूं उह गए उत्थे। इहदे विच साडे पंजाब दी भारतीय किसान यूनियन एकता उगराहां दे साथियां नूं सद्दा पत्तर नहीं सी, इस करके उह नहीं जा सके, इह सानूं उत्थे जाण तों बाद ही पता लग्गिया। दूसरी गल इहदे च अगली इह है कि जदों असीं उत्थे गए ਤਾਂ ਉਹਨਾਂ ਨੇ ਸਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਆਓ ਆਪਾਂ ਇਹਦੇ ਵਿੱਚ ਕਾਨੂੰਨ ਦੇ ਵਿੱਚ ਜੋ ਵੀ ਮੱਦਾਂ ਨੇ ਉਹਦੇ ਇੱਕ ਇੱਕ ਮੱਦ ਬਾਰੇ ਗੱਲ ਕਰੀਏ ਕਿਹੜੀ ਕਿਸਾਨ ਵਿਰੋਧੀ ਹੈ ਤਾਂ ਜੋ ਅਸੀਂ ਉਹਦੇ ਚ ਕੋਈ ਤਬਦੀਲੀਆਂ ਜਾਂ ਊਣਤਾਈਆਂ ਕੱਢ ਸਕੀਏ। ਕਿਸਾਨ ਜਥੇਬੰਦੀਆਂ ਨੇ 2 ਟੁੱਕ ਜਵਾਬ ਦਿੱਤਾ ਕਿ ਅਸੀਂ ਪਹਿਲਾਂ ਹੀ ਸਾਰੀ ਗੱਲਬਾਤ ਕਰ ਚੁੱਕੇ ਹਾਂ ਤੇ ਰੱਦ ਕਰਾਉਣ ਵਾਸਤੇ ਅਸੀਂ ਪਹਿਲਾਂ ਵੀ ਆਏ ਸੀ ਤੇ ਅੱਜ ਵੀ ਉਸੇ ਵਾਸਤੇ ਆਏ ਹਾਂ ਕਿ ਤੁਸੀਂ ਰੱਦ ਕਰਨ ਲਈ ਤਿਆਰ ਹੋ। ਇਹ ਡਿਸਕਸ਼ਨ ਤੋਂ ਬਾਅਦ ਇਹ ਮੌਕੇ ਤੇ ਹਾਜ਼ਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਪ੍ਰਪੋਜ਼ਲ ਦਿੱਤੀ ਕਿ ਅਸੀਂ ਤੁਹਾਨੂੰ ਸਾਡੇ ਵੱਲੋਂ ਸਾਡੇ ਕੋਲ ਕੀ ਹੈ ਉਹਦੀ ਕੱਲ ਨੂੰ ਲਿਖਤੀ ਤੁਹਾਨੂੰ ਭੇਜ ਦਿੰਨੇ ਹਾਂ 11 ਵਜੇ ਤੱਕ ਤੇ ਤੁਸੀਂ ਉਸ ਤੇ ਵਿਚਾਰ ਕਰ ਲੈਣਾ। ਐਨੇ ਨਾਲ ਹੀ ਅੱਜ ਦੀ ਜਿਹੜੀ ਮੀਟਿੰਗ ਸੀ ਉਹ ਕੈਂਸਲ ਕੀਤੀ ਗਈ ਤੇ ਅਗਲੀ ਮੀਟਿੰਗ ਉਹਨਾਂ ਨੇ ਰੱਖਣ ਦੀ ਕੋਸ਼ਿਸ਼ ਕੀਤੀ, ਉਹ ਅਸੀਂ ਨਹੀਂ ਰੱਖੀ ਕਿਉਂਕਿ ਅਸੀਂ ਇਹ ਕਿਹਾ ਸੀ ਵੀ ਅਸੀਂ ਪ੍ਰਪੋਜ਼ਲ ਜਿਹੜੀ ਤੁਹਾਡੀ ਲਿਖਤੀ ਆਵੇਗੀ ਉਸ ਨੂੰ ਵੇਖ ਕੇ ਹੀ ਅਸੀਂ ਅਗਲੀ ਮੀਟਿੰਗ ਬਾਰੇ ਸੋਚਾਂਗੇ। ਸੋ ਪੂਰੀਆਂ ਸਾਰੀਆਂ ਦੇ ਸਾਰੀਆਂ ਕਿਸਾਨ ਜਥੇਬੰਦੀਆਂ ਇਹਦੇ ਤੇ ਇਕਜੁੱਟ ਸਨ ਅਤੇ ਹਨ। ਪੰਜਾਬ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਆਗੂ ਉਹ ਅੱਡ ਗੱਡੀ ਚ ਗਏ ਸਨ, ਉਹਨਾਂ ਨੂੰ ਗੱਡੀ ਕਿਤੇ ਮਤਲਬ ਕਿ ਉਹ ਜਦੋਂ ਪਹੁੰਚਣ ਲੱਗੇ ਤਾਂ ਉਸ ਤੋਂ ਪਹਿਲਾਂ ਹੀ ਕੋਈ ਘਟਨਾ ਉਹਨਾਂ ਦੀ ਪੁਲਿਸ ਵਾਲਿਆਂ ਨਾਲ ਵਾਪਰੀ ਤੇ ਉੱਥੇ ਮਤਲਬ ਕਿ ਵਾਪਸ ਮੁੜਨ ਲੱਗੇ ਤਾਂ ਕੋਸ਼ਿਸ਼ ਕਰਕੇ ਉਹਨਾਂ ਨੂੰ ਵੀ ਮੀਟਿੰਗ ਦੇ ਵਿੱਚ ਸ਼ਾਮਲ ਕਰਾਇਆ ਗਿਆ। ਸੋ ਕੋਈ ਅਜਿਹੀ ਗੱਲ ਨਹੀਂ ਕਿ ਉਹਨਾਂ ਵੱਲੋਂ ਬਾਈਕਾਟ ਕੀਤਾ ਗਿਆ, ਉਹ ਮੌਕੇ ਤੇ ਕੋਈ ਇਸ ਕਿਸਮ ਦੀ ਘਟਨਾ ਵਾਪਰੀ ਸੀ। ਅਗਲੀ ਗੱਲ ਇਹ ਹੈ ਕਿ ਅਮਿਤ ਸ਼ਾਹ ਨੂੰ ਘੱਟੋ ਘੱਟ ਅੱਧੇ ਘੰਟੇ ਤੋਂ ਲੈ ਕੇ 40 ਮਿੰਟ ਤੱਕ ਕਿਸਾਨਾਂ ਨਾਲ ਗੱਲ ਕਰਨ ਲਈ ਵੇਟ ਕਰਨਾ ਪਿਆ, ਜਦੋਂ ਤੱਕ ਸਾਰੇ ਕਿਸਾਨ ਇਕੱਠੇ ਨਹੀਂ ਹੋਏ ਉਦੋਂ ਤੱਕ ਗੱਲਬਾਤ ਸ਼ੁਰੂ ਨਹੀਂ ਕੀਤੀ ਗਈ। ਸੋ ਸਾਰੀਆਂ ਕਿਸਾਨ ਜਥੇਬੰਦੀਆਂ ਪੰਜਾਬ ਦੇ ਲੋਕਾਂ ਸਾਰੇ ਕਿਸਾਨਾਂ ਸਾਰੇ ਦੇਸ਼ ਤੇ ਦੁਨੀਆਂ ਦੇ ਲੋਕਾਂ ਨੂੰ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਕਿਸਾਨ ਜਥੇਬੰਦੀਆਂ ਦੀ ਏਕਤਾ, ਸੰਯੁਕਤ ਕਿਸਾਨ ਮੋਰਚੇ ਦੀ ਏਕਤਾ, ਇਕਜੁੱਟਤਾ, ਉਹ ਕੋਈ ਉਹਦੇ ਵਿੱਚ ਇਸ ਕਿਸਮ ਦਾ ਮੀਡੀਆ ਵੱਲੋਂ ਅਗਰ ਪ੍ਰਚਾਰ ਕੀਤਾ ਕਿ ਜਾ ਰਿਹਾ ਹੈ ਉਹਦੇ ਵਿੱਚ ਨਾ ਆਇਆ ਜਾਵੇ ਤੇ ਜਿਹੜੀ ਇਕਜੁੱਟਤਾ ਅੱਜ ਅਸੀਂ 10 ਵਜੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੁਣੇ ਕਰਨ ਲੱਗੇ ਹਾਂ, 12 ਵਜੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੈ, ਜੋ ਵੀ ਸਾਡੇ ਕੋਲ ਆਊਗਾ ਲਿਖਤੀ ਤੌਰ ਤੇ ਉਹਦੇ ਤੇ ਵਿਚਾਰ ਕਰਾਂਗੇ, ਅਗਲੇ ਐਕਸ਼ਨ ਅਗਲੀ ਰਣਨੀਤੀ ਦਾ ਐਲਾਨ ਕਰਾਂਗੇ। ਸੋ ਇਹ ਜਿਹੜਾ ਬਲਕਿ ਜਿਹੜਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਤਾਕਤਾਂ ਵੱਲੋਂ ਜਾਂ ਮੀਡੀਆ ਵੱਲੋਂ ਉਹਦੇ ਤੋਂ ਸੁਚੇਤ ਰਹੋ, ਤੁਹਾਡੀਆਂ ਜਥੇਬੰਦੀਆਂ ਜਿਹੜੀਆਂ ਨੇ ਬਿਲਕੁਲ ਇਕਜੁੱਟ ਹਨ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।